ਸਤਿ ਸ਼੍ਰੀ ਅਕਾਲ, ਮੈਂ ਸਰਬਜੀਤ ਸਿੰਘ ਸਿੱਧੂ ਅਤੇ ਤੁਸੀਂ ਸੁਣ ਰਹੇ ਹੋ ਖੇਤੀ ਅਪਡੇਟ। ਅੱਜ ਦੇ ਖੇਤੀ ਅਪਡੇਟ ਵਿੱਚ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਕਨੋਲਾ, ਗੋਭੀ, ਸਰ੍ਹੋਂ ਖੇਤੀ ਵਿਭਿੰਨਤਾ ਲਈ ਇੱਕ ਢੁੱਕਵੀਂ ਫਸਲ ਕਿਉਂ ਹੈ। ਸਾਨੂੰ ਕਨੋਲਾ, ਗੋਭੀ, ਸਰ੍ਹੋਂ ਇੱਕ ਵੱਖਰੇ ਤਰੀਕੇ ਨਾਲ ਆਪਣੀ ਖੇਤੀ ਦੇ ਵਿੱਚ ਵਿਭਿੰਨਤਾ ਲਿਆਉਣ ਲਈ ਬੀਜਣੀ ਚਾਹੀਦੀ ਹੈ। ਇਸ ਦੀਆਂ ਉੱਨਤ ਕਿਸਮਾਂ, ਤੇਲ ਦੀ ਮਾਤਰਾ, ਪੱਕਣ ਦਾ ਸਮਾਂ ਅਤੇ ਔਸਤ ਝਾੜ ਕਿੰਨਾ ਰਹਿੰਦਾ ਹੈ, ਇਸ ਦੇ ਬਾਰੇ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ। PGSH 1707, ਇਸ ਦੇ ਵਿੱਚ ਤੇਲ ਦੀ ਮਾਤਰਾ 41% ਅਤੇ ਪੱਕਣ ਦਾ ਸਮਾਂ 162 ਦਿਨ। ਇਸ ਦਾ ਔਸਤ ਝਾੜ 8.8 ਕੁਇੰਟਲ ਪ੍ਰਤੀ ਏਕੜ ਹੈ। ਗੋਭੀ, ਸਰ੍ਹੋਂ GSC 7, ਤੇਲ ਦੀ ਮਾਤਰਾ 40.5%, ਪੱਕਣ ਦਾ ਸਮਾਂ 154 ਦਿਨ ਅਤੇ ਔਸਤ ਝਾੜ 8.9 ਕੁਇੰਟਲ ਪ੍ਰਤੀ ਏਕੜ। GSC 6, ਤੇਲ ਦੀ ਮਾਤਰਾ ਇਸ ਦੇ ਵਿੱਚ ਹੈ 39.1% ਅਤੇ ਪੱਕਣ ਦਾ ਸਮਾਂ 145 ਦਿਨ। ਇਸ ਦਾ ਔਸਤ ਝਾੜ ਹੈ 6.1 ਕੁਇੰਟਲ ਪ੍ਰਤੀ ਏਕੜ। ਗੋਭੀ, ਸਰ੍ਹੋਂ ਦੀ ਕਾਸ਼ਤ ਦੇ ਉੱਨਤ ਢੰਗ ਇਸ ਪ੍ਰਕਾਰ ਨੇ। ਫਸਲ ਦੇ ਵਧੀਆ ਜੰਮ ਲਈ ਖੇਤ ਨੂੰ 2 ਤੋਂ 4 ਵਾਰ ਵਾਹੋ ਅਤੇ ਹਰ ਵਾਹੀ ਬਾਅਦ ਸੁਹਾਗਾ ਜ਼ਰੂਰ ਫੇਰੋ। ਬਰਾਨੀ ਇਲਾਕਿਆਂ ਵਿੱਚ ਖੇਤ ਨੂੰ 1 ਤੋਂ 2 ਵਾਰ ਦੇਸੀ ਹਲ ਨਾਲ ਵਾਹ ਕੇ ਹਰ ਵਾਰ ਸੁਹਾਗਾ ਫੇਰੋ। ਕਨੋਲਾ, ਸਰ੍ਹੋਂ ਦੀ ਸਿੱਧੀ ਬਿਜਾਈ 10 ਤੋਂ 30 ਅਕਤੂਬਰ ਅਤੇ ਪਨੀਰੀ ਰਾਹੀਂ ਨਵੰਬਰ ਤੋਂ ਅੱਧ ਦਸੰਬਰ ਤੱਕ ਕਰ ਦਿਓ। ਜ਼ਮੀਨ ਵਿੱਚ ਨਮੀ ਘੱਟ ਹੋਵੇ ਤਾਂ ਇਸ ਦੀ ਬਿਜਾਈ ਤੋਂ 1 ਰਾਤ ਪਹਿਲਾਂ ਬੀਜ ਨੂੰ ਗਿੱਲੀ ਮਿੱਟੀ ਵਿੱਚ ਮਿਲਾ ਕੇ ਰੱਖਣਾ ਚਾਹੀਦਾ ਹੈ। ਮਿੱਟੀ ਵਿੱਚ ਮਿਲਾਇਆ ਹੋਇਆ ਬੀਜ ਖੇਤ ਵਿੱਚ 1 ਸਰ ਵੰਡ ਲਈ ਵੀ ਸਹਾਈ ਹੁੰਦਾ ਹੈ। ਬੀਜ ਦੀ ਮਾਤਰਾ ਅਤੇ ਬੂਟਿਆਂ ਵਿਚਕਾਰ ਫਾਸਲਾ। ਗੋਭੀ, ਸਰ੍ਹੋਂ ਜਦੋਂ ਨਰੌਲਾ ਬੀਜਣੀ ਹੋਵੇ ਤਾਂ 1.5 ਕਿਲੋ ਬੀਜ ਪ੍ਰਤੀ ਏਕੜ ਵਰਤੋ। ਇਸ ਨੂੰ 45 ਸੈਂਟੀਮੀਟਰ ਕਤਾਰ ਤੋਂ ਕਤਾਰ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 10 ਸੈਂਟੀਮੀਟਰ ਰੱਖਣਾ ਚਾਹੀਦਾ ਹੈ। ਜੇਕਰ ਕਨੋਲਾ, ਗੋਭੀ, ਸਰ੍ਹੋਂ GSC 6 ਦੀ ਬਿਜਾਈ ਨਵੰਬਰ ਮਹੀਨੇ ਵਿੱਚ ਕਰਨੀ ਪਵੇ ਤਾਂ ਕਤਾਰਾਂ ਵਿਚਕਾਰ ਫਾਸਲਾ 30 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 10 ਸੈਂਟੀਮੀਟਰ ਰੱਖਣਾ ਚਾਹੀਦਾ ਹੈ। ਬਿਜਾਈ ਦੇ ਢੰਗ। ਤੇਲ ਬੀਜ ਫਸਲਾਂ ਡਰਿੱਲ ਜਾਂ ਪੋਰੇ ਨਾਲ ਬੀਜੀਆਂ ਜਾ ਸਕਦੀਆਂ ਹਨ ਅਤੇ ਬੂਟੇ ਤੋਂ ਬੂਟੇ ਦਾ ਸਹੀ ਫਾਸਲਾ ਰੱਖਣ ਲਈ ਬਿਜਾਈ ਤੋਂ 3 ਹਫ਼ਤੇ ਬਾਅਦ ਫਸਲ ਨੂੰ ਵਿਰਲਾ ਕਰਨਾ ਪੈਂਦਾ ਹੈ। ਪਰ ਇਹ ਮੰਤਵ ਪੂਰਾ ਕਰਨ ਲਈ ਹੱਥ ਨਾਲ ਚੱਲਣ ਵਾਲੀ ਤੇਲ ਬੀਜ ਡਰਿੱਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਮਸ਼ੀਨ ਨਾਲ ਬੀਜ 1 ਸਾਰ ਅਤੇ ਸਹੀ ਮਾਤਰਾ ਵਿੱਚ ਪੈਂਦਾ ਹੈ ਅਤੇ ਕਤਾਰਾਂ ਵਿਚਕਾਰ ਫਾਸਲਾ ਮਸ਼ੀਨ ਵਿੱਚ ਲੱਗੇ ਮਾਰਕੇ ਨਾਲ ਇੱਕੋ ਜਿਹਾ ਰੱਖਿਆ ਜਾ ਸਕਦਾ ਹੈ। ਬੀਜ ਚੁੱਕਣ ਵਾਲੇ ਰੋਲਰ ਨੂੰ ਘਟਾ ਵਧਾ ਕੇ ਬੀਜ ਦੀ ਮਾਤਰਾ ਬਦਲੀ ਜਾ ਸਕਦੀ ਹੈ। ਪਨੀਰੀ ਰਾਹੀਂ ਗੋਭੀ, ਸਰ੍ਹੋਂ ਦੀ ਕਾਸ਼ਤ। ਗੋਭੀ, ਸਰ੍ਹੋਂ ਦੀ ਪਨੀਰੀ ਰਾਹੀਂ ਕਾਸ਼ਤ ਕਾਮਯਾਬੀ ਨਾਲ ਕੀਤੀ ਜਾ ਸਕਦੀ ਹੈ। ਇਸ ਲਈ 400 ਗ੍ਰਾਮ ਬੀਜ ਦਾ 8 ਮਰਲੇ ਥਾਂ ਵਿੱਚ ਛਿੱਟਾ ਦੇ ਕੇ 1 ਕਿੱਲੇ ਦੀ ਪਨੀਰੀ ਤਿਆਰ ਕਰ ਸਕਦੇ ਹਾਂ। ਜਿੱਥੇ ਬਿਜਾਈ ਪਛੇਤੀ ਨਵੰਬਰ ਤੋਂ ਅੱਧ ਦਸੰਬਰ ਕਰਨੀ ਹੋਵੇ ਤਾਂ ਇਸ ਤਰੀਕੇ ਨੂੰ ਪਹਿਲ ਦਿਓ ਅਤੇ 30 ਦਿਨਾਂ ਦੀ ਪਨੀਰੀ ਨੂੰ ਖੇਤ ਵਿੱਚ 45 ਸੈਂਟੀਮੀਟਰ ਦੀ ਵਿੱਥ 'ਤੇ ਸਿਆੜ ਕੱਢ ਕੇ 10 ਤੋਂ 15 ਸੈਂਟੀਮੀਟਰ ਦੇ ਫਾਸਲੇ 'ਤੇ ਬੂਟੇ ਲਾਉਂਦੇ ਜਾਓ। ਵਧੇਰੇ ਝਾੜ ਲੈਣ ਲਈ ਨਵੰਬਰ ਵਿੱਚ ਪਨੀਰੀ ਪੁੱਟ ਕੇ ਖੇਤ ਵਿੱਚ ਲਾ ਦਿਓ। ਇਸ ਵਿੱਚ ਵਰਤੀਆਂ ਜਾਣ ਵਾਲੀਆਂ ਖਾਦਾਂ। ਦਰਮਿਆਨੀਆਂ ਉਪਜਾਊ ਅਤੇ ਜ਼ਮੀਨਾਂ ਵਿੱਚ ਗੋਭੀ, ਸਰ੍ਹੋਂ ਦੀ ਫਸਲ ਨੂੰ 90 ਕਿਲੋ ਯੂਰੀਆ ਅਤੇ 45 ਕਿਲੋ ਫਾਸਫੋਰਸ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਮਿੱਟੀ ਪਰਖ ਦੇ ਆਧਾਰ 'ਤੇ ਪੋਟਾਸ਼ ਤੱਤ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ
ਗੋਭੀ ਸਰੋਂ ਨੂੰ 6 ਕਿਲੋ ਪੋਟਾਸ਼ ਪ੍ਰਤੀ ਏਕੜ ਪਾਓ।